ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀਓ, ਬੜੇ ਵਡਭਾਗੀ ਹਾਂ, ਸਾਡੇ ਭਾਗ ਚੰਗੇ ਨੇ ਕਿ ਜੋ ਸਾਨੂੰ ਘਰ ਬੈਠਿਆਂ ਨੂੰ ਗੁਰੂ ਘਰ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ। ਅੱਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ, ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ, ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ 26 ਸਾਲ 9 ਮਹੀਨੇ ਅਤੇ 13 ਦਿਨ ਬੰਦਗੀ ਕੀਤੀ। ਇਹ ਉਹ ਪਵਿੱਤਰ ਸਥਾਨ ਹੈ। ਇਸ ਸਥਾਨ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸੰਗਤਾਂ ਇਸ ਜਗ੍ਹਾ ਦੇ ਉੱਤੋਂ ਤਿਆਰ ਹੋ ਕਰਕੇ 6 ਅਕਤੂਬਰ 2024 ਨੂੰ ਸਵੇਰੇ 10 ਵਜੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਇਕੱਤਰ ਹੋ ਕਰਕੇ ਟਰੈਕਟਰਾਂ ਦੇ ਨਾਲ, ਟਰਾਲੀਆਂ ਦੇ ਨਾਲ, ਬੱਸਾਂ ਵਾਲਿਆਂ ਨੇ ਬੱਸਾਂ ਦੇ ਨਾਲ, ਕਾਰਾਂ ਵਾਲਿਆਂ ਨੇ ਕਾਰਾਂ ਦੇ ਨਾਲ, ਜਿਹਦੇ ਕੋਲ ਮੋਟਰਸਾਈਕਲ ਨੇ, ਟਰੈਕਟਰ ਨੇ, ਟਰਾਲੀਆਂ ਨੇ, ਜੋ ਵੀ ਪਰਮਾਤਮਾ ਨੇ ਸਾਧਨ ਦਿੱਤਾ ਹੈ, ਅਤੇ ਸੰਗਤਾਂ ਹੁੰਮ ਹੁਮਾ ਕੇ ਉਹ ਸਾਧਨ ਲੈ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਮਨਾਉਣ ਦੇ ਵਾਸਤੇ ਪਹੁੰਚਦੀਆਂ ਨੇ। ਵਿਆਹ ਪੁਰਬ ਦੀਆਂ ਤਿਆਰੀਆਂ ਸੰਗਤਾਂ ਰਾਤ ਨੂੰ ਹੀ ਸ਼ੁਰੂ ਕਰ ਦਿੱਤੀਆਂ ਨੇ। ਸੰਗਤਾਂ ਨੇ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਅਤੇ ਸੰਗਤਾਂ ਨੇ ਦੇਖੋ ਪਾਲਕੀ ਨੂੰ ਤਿਆਰ ਕਰਨ ਦੇ ਵਾਸਤੇ ਸੰਗਤਾਂ ਇਕੱਤਰ ਹੋਈਆਂ ਨੇ। ਥੋੜ੍ਹੇ ਬਹੁਤੇ ਹਾਰ ਜਿਹੜੇ ਨੇ ਉਹ ਲੱਗ ਰਹੇ ਨੇ ਅਤੇ ਬਾਕੀ ਹਾਰਾਂ ਦੀ ਤਿਆਰੀ ਗੁੱਟੇ ਦੇ ਫੁੱਲਾਂ ਦੀ, ਤਾਜ਼ੇ ਗੁੱਟੇ ਦੇ ਫੁੱਲ ਮਹਿਕਾਂ ਵੰਡਦੇ ਜੋ ਕਿ ਗੁਰੂ ਕੀ ਪਾਲਕੀ ਨੂੰ ਤਿਆਰ ਕਰ ਰਹੇ ਨੇ, ਹੋਰ ਵੀ ਸੁੰਦਰ ਲੱਗਣ ਦੇ ਵਾਸਤੇ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਜਿੱਥੇ ਬੈਠਣਾ ਹੈ ਉਹ ਥਾਣ ਤਾਂ ਵੈਸੇ ਹੀ ਪਵਿੱਤਰ ਹੈ। ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਅਤੇ ਜਿੱਥੇ ਮੇਰਾ ਸਤਿਗੁਰੂ ਜਾ ਕੇ ਬੈਠ ਜਾਂਦਾ ਹੈ ਉਹ ਥਾਨ, ਉਹ ਸਥਾਨ, ਉਹ ਜਗ੍ਹਾ ਉਹ ਵੈਸੇ ਹੀ ਸੁਹਾਵਣੀ ਹੋ ਜਾਂਦੀ ਹੈ, ਉਹ ਪਵਿੱਤਰ ਹੋ ਜਾਂਦੀ ਹੈ। ਇਸ ਪਾਲਕੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਬਿਰਾਜਮਾਨ ਹੋਣਾ ਹੈ ਅਤੇ ਪਾਲਕੀ ਦੀਆਂ ਤਿਆਰੀਆਂ ਹੋ ਰਹੀਆਂ ਨੇ ਅਤੇ ਨਾਲ ਹੀ ਅਸੀਂ ਅੰਦਰ ਦੇ ਵੇ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ। ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੁੰਦਰ ਸਥਾਨ ਜਿਹਨੂੰ ਅਸੀਂ ਦਰਬਾਰ ਸਾਹਿਬ ਕਹਿੰਦੇ ਹਾਂ, ਇਸ ਦਰਬਾਰ ਸਾਹਿਬ ਦੇ ਵਿੱਚ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਗਿਆ ਸੀ। ਇਹ ਪਵਿੱਤਰ ਸਥਾਨ ਵੀ ਅੰਦਰੋਂ ਸੰਗਤਾਂ ਤਿਆਰ ਕਰ ਰਹੀਆਂ ਨੇ। ਵੈਸੇ ਤਾਂ ਇਹ 24 ਘੰਟੇ ਤਿਆਰ ਹੀ ਰਹਿੰਦਾ ਹੈ। ਰਾਤ ਨੂੰ ਜਦੋਂ ਸੁਖਾਸਣ ਹੁੰਦਾ ਨੇ ਉਦੋਂ ਹੀ ਸੰਗਤਾਂ ਇਸ ਜਗ੍ਹਾ ਦੇ ਕਵਾੜ ਬੰਦ ਕਰਦੀਆਂ ਨੇ ਅਤੇ ਹੋਰ ਦਿਨੇ ਜਦੋਂ ਮਰਜ਼ੀ ਕੋਈ ਸੰਗਤ ਆਵੇ ਬਿਲਕੁਲ ਸ਼ਿੰਗਾਰਿਆ ਮਿਲਦਾ ਹੈ, ਸੋਹਣਾ ਮਿਲਦਾ ਹੈ, ਸੁੰਦਰ ਮਿਲਦਾ ਹੈ, ਮਨ ਨੂੰ ਮੋਹਣ ਵਾਲਾ ਦਿਖਾਈ ਦਿੰਦਾ ਹੈ। ਗੁਰੂ ਮਹਾਰਾਜ ਜੀ ਦੇ ਰਾਗੀ ਸਿੰਘ ਕੀਰਤਨੀਆ ਸਿੰਘ ਇਸ ਸਥਾਨ ਦੇ ਉੱਤੇ ਕੀਰਤਨ ਕਰਦੇ ਰਹਿੰਦੇ ਨੇ। ਤੋ ਸੰਗਤ ਜੀ, ਅਸੀਂ ਗੱਲ ਕਰ ਰਹੇ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ। ਮਾਤਾ ਗੁਜਰ ਕੌਰ ਜੀ ਦੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮੰਗਣੀ 1629 ਈਸਵੀ ਦੇ ਵਿੱਚ ਹੁੰਦੀ ਹੈ। ਕਰਤਾਰਪੁਰ ਦੇ ਵਿੱਚ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮੰਗਣੀ ਹੁੰਦੀ ਹੈ ਉਹ ਸੰਨ ਸੀ 1629। ਉਸ ਤੋਂ ਬਾਅਦ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ 1634 ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਹੁੰਦਾ ਹੈ। ਉਸ ਆਨੰਦ ਕਾਰਜ ਨੂੰ ਸੰਗਤਾਂ ਮਨਾਉਂਦੀਆਂ ਨੇ ਹਰ ਸਾਲ।
ਤੋ ਸੰਗਤ ਜੀ, ਇਹ ਸਥਾਨ ਬਹੁਤ ਹੀ ਸੁਭਾਏਮਾਨ ਅਤੇ ਪਵਿੱਤਰ ਹੈ। ਇਹ ਜੋ ਭੋਰਾ ਸਾਹਿਬ ਜੀ ਦੇ ਆਪ ਦਰਸ਼ਨ ਕਰ ਰਹੇ ਹੋ, ਇਹ ਸਥਾਨ ਕੋਈ ਮਾਮੂਲੀ ਸਥਾਨ ਨਹੀਂ ਹੈ। ਇਸ ਸਥਾਨ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 26 ਸਾਲ 9 ਮਹੀਨੇ 13 ਦਿਨ ਬੰਦਗੀ ਕੀਤੀ ਹੈ, ਭਗਤੀ ਕੀਤੀ ਹੈ, ਉਸ ਪਰਮਾਤਮਾ ਨੂੰ ਪ੍ਰਗਟ ਕੀਤਾ, ਉਸ ਪਰਮਾਤਮਾ ਦੇ ਨਾਲ ਗੱਲਾਂ ਕੀਤੀਆਂ ਨੇ। ਇਸੇ ਸਥਾਨ ਦੇ ਉੱਤੇ ਹੀ ਜਿਹੜਾ ਮੱਖਣ ਸਾਹਿਬ ਲਬਾਣਾ ਹੈ, ਜਦੋਂ 5 ਮੋਹਰਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਅੱਗੇ ਰੱਖਦਾ ਹੈ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਮੱਖਣ ਸਾਹਿਬ ਲਬਾਣੇ ਨੂੰ ਇਸੇ ਸਥਾਨ ਦੇ ਉੱਤੇ ਆਪਣਾ ਮੋਢਾ ਦਿਖਾ ਕੇ ਕਹਿੰਦੇ ਨੇ ਕਿ ਮੱਖਣ ਸਾਹਿਬ, ਤੂੰ ਗੁਰੂ ਘਰ ਦੇ ਵਾਸਤੇ 500 ਮੋਹਰਾਂ ਸੁੱਖੀਆਂ ਸਨ ਅਤੇ 5 ਹੀ ਚੜ੍ਹਾ ਰਿਹਾ, ਅਜੇ ਤਾਂ ਮੇਰੇ ਮੋਢੇ ਦਾ ਜ਼ਖਮ ਵੀ ਅੱਲਾ ਹੈ। ਮੱਖਣ ਸਾਹਿਬ ਲਬਾਣੇ ਨੇ ਜਦੋਂ ਇਹ ਗੱਲ ਸੁਣੀ ਤਾਂ ਮੱਖਣ ਸਾਹਿਬ ਲਬਾਣਾ ਕਮਲਾ ਹੋ ਗਿਆ। ਆਹ ਦੇਖੋ ਜਿਹੜਾ ਭੋਰੇ ਸਾਹਿਬ ਜੇ ਆਪ ਦਰਸ਼ਨ ਕਰ ਰਹੇ ਹੋ, ਇਸ ਭੋਰਾ ਸਾਹਿਬ ਦੇ ਵਿੱਚ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਇਹ ਗੱਲ ਸੁਣ ਕੇ ਮੱਖਣ ਸਾਹਿਬ ਲਬਾਣਾ ਕੋਠੇ ਦੇ ਉੱਤੇ ਚੜ੍ਹ ਕਰਕੇ ਉੱਚੀ ਉੱਚੀ ਕਹਿਣ ਲੱਗਾ, ਸਾਚਾ ਗੁਰੂ ਲਾਧੋ ਰੇ, ਸਾਚਾ ਗੁਰੂ ਲਾਧੋ ਰੇ। ਇਹ ਸਾਚਾ ਗੁਰੂ ਲਾਧੋ ਸਥਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਅਲੌਕਿਕ ਨਜ਼ਾਰਾ ਹੈ, ਪੂਰੀ ਰੋਸ਼ਨੀ ਹੈ, ਚਾਰੇ ਪਾਸੇ ਲੜੀਆਂ ਦੇ ਜਗਮਗਾਹਟ ਹੋ ਰਹੀ ਹੈ। ਨਿਸ਼ਾਨ ਸਾਹਿਬ ਬਹੁਤ ਸੁੰਦਰ ਸੁਭਾਏਮਾਨ ਨੇ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਹੋ ਰਹੀਆਂ ਨੇ ਅਤੇ ਸਵੇਰੇ 6 ਅਕਤੂਬਰ 2024 ਨੂੰ ਸੰਗਤਾਂ ਨੇ ਨਗਰ ਕੀਰਤਨ ਰੂਪ ਦੇ ਵਿੱਚ ਕਰਤਾਰਪੁਰ ਜਲੰਧਰ ਪਹੁੰਚਣਾ ਹੈ, ਜਿੱਥੇ ਇਸ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ। ਸੰਗਤਾਂ ਨੂੰ ਵੀ ਬੇਨਤੀ ਹੈ ਕਿ ਹੁੰਮ ਹੁਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਪਹੁੰਚ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਕਿਉਂਕਿ ਜਦੋਂ ਅਸੀਂ ਗੁਰੂ ਦੇ ਲਾਗੇ ਲੱਗਾਂਗੇ ਤਾਂ ਗੁਰੂ ਸਾਡੇ ਲਾਗੇ ਲੱਗੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।